ਭੈਣਾਂ ਨੇ ਤੇ ਸਾਡੇ ਬਜ਼ੁਰਗ ਲੋਕ ਜਿੰਨੇ ਵੀ ਸਾਡੇ ਸਾਨੂੰ ਇਸ ਟਾਈਮ ਦੇਖ ਰਹੇ ਨੇ ਉਹਨਾਂ ਨੂੰ ਸਾਡੇ ਸਾਹ ਮੇਰੇ ਵੱਲੋਂ ਤੇ ਪ੍ਰਧਾਨ ਸਾਹਿਬ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਅੱਜ ਅਸੀਂ ਵਿਸ਼ਵ ਪ੍ਰਧਾਨ ਜੀ ਦੇ ਦਫ਼ਤਰ ਦੇ ਵਿੱਚ ਆਏ ਹੋਏ ਹਾਂ, ਜੋ ਕਿ ਇਹਨਾਂ ਨੇ ਆਪਣਾ ਗਰੁੱਪ ਬਣਾਇਆ ਹੋਇਆ VGSU ਗਰੁੱਪ। ਅਸੀਂ ਉਹਨਾਂ ਦੇ ਰਿਲੇਟਿਡ ਇਹਨਾਂ ਤੋਂ ਕੁਛ ਸਵਾਲ ਪੁੱਛਾਂਗੇ ਤੇ ਇਹ ਦੱਸਣਗੇ ਸਾਨੂੰ ਕਿ ਇਹਨਾਂ ਦੇ ਅੱਗੇ ਸਾਨੂੰ ਕੀ ਲਾਭ ਜਾਂ ਹਾਨੀਆਂ ਹੋ ਸਕਦੀਆਂ ਨੇ ਤੇ ਇਹਨਾਂ ਦੇ ਅੱਗੇ ਇਸ ਗਰੁੱਪ ਦੇ ਰਿਲੇਟਿਡ ਕੀ ਆਪਣੇ ਗੋਲਸ ਨੇ। ਸੋ ਚਲੋ ਤੇ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਜੀ। ਸੋ ਸਤਿ ਸ੍ਰੀ ਅਕਾਲ ਜੀ। ਸੋ ਵੀਰ ਜੀ, ਅਸੀਂ ਤੁਹਾਡੇ ਤੋਂ ਇਹ ਚੀਜ਼ ਪੁੱਛਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਆਪਣਾ VGSU ਸਟੂਡੈਂਟ ਯੂਨੀਅਨ ਦਾ ਆਪਣਾ ਗਰੁੱਪ ਬਣਾਇਆ ਹੋਇਆ ਵਾ, ਤੇ ਇਹਦੇ ਸਾਨੂੰ ਅੱਗੇ ਕੀ ਲਾਭ ਜਾਂ ਫਾਇਦੇ ਹੋ ਸਕਦੇ ਨੇ ਤੇ ਇਹਦੇ ਅੱਗੇ ਤੋਂ ਅੱਗੇ ਤੁਹਾਡੇ ਕੀ ਪਲੈਨਿੰਗ ਗੋਲਸ ਨੇ ਤੇ ਤੁਸੀਂ ਕਿਸ ਬੇਸ ਤੇ ਕਿਸ ਰਿਗਾਰਡਿੰਗ ਤੇ ਤੁਸੀਂ ਆਪਣਾ ਇਹ ਗਰੁੱਪ ਬਣਾਇਆ ਹੋਇਆ? ਗਰੁੱਪ ਜੀ ਆਪਣਾ ਬਣਾਇਆ ਵਾ ਕੁੜੀਆਂ ਵਾਸਤੇ ਨੇ ਜੀ, ਤੇ ਰਿਸਪੈਕਟ ਫੋਰ ਗਰਲਸ ਆਪਣਾ ਪਹਿਲਾ ਮੈਂ ਮੈਟਰ ਹੀ ਲਿਆ ਜੀ। ਤੇ ਕਿਸੇ ਕੁੜੀ ਨੂੰ ਕੋਈ ਦੇਰ ਵਾਸਤੇ ਤੰਗ ਕਰਦਾ, ਟੋਰਚਰ ਕਰਦਾ, ਬਲੈਕਮੇਲ ਕਰਦਾ ਵਾ, ਜਾਂ ਮੇਰੀ ਕਿਸੇ ਮਾਂ ਨੂੰ ਕੋਈ ਮੁੰਡਾ ਉਹਨਾਂ ਘਰੋਂ ਬਾਹਰ ਕਰ ਦੇਣਾ ਵਾ ਜੀ, ਸਾਨੂੰ ਦੱਸੋ, ਅਸੀਂ ਪ੍ਰੋਬਲਮ ਸੋਲਵ ਕਰਾਂਗੇ। ਓਕੇ ਤੇ ਸਰ, ਮੈਂ ਤੁਹਾਡੇ ਤੋਂ ਇਹ ਚੀਜ਼ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਇਸ ਗਰੁੱਪ ਦੇ ਬਣਾਏ ਦਾ ਕੀ ਲੋਕਾਂ ਨੂੰ ਇਹ ਕੀ ਮੈਸੇਜ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ? ਮੈਸੇਜ ਤਾਂ ਜੀ ਜਿੱਦਾਂ ਜਿੱਦਾਂ ਸਾਡੇ ਨਾਲ ਭਰਾ ਜੁੜਦੇ ਪਏ ਆ ਓਦਾਂ ਓਦਾਂ ਚੱਲਦੇ ਪਏ ਆ, ਵਧੀਆ ਜੇ ਜਿੱਦਾਂ ਮੈਨੂੰ ਮੇਰੇ ਭਰਾ ਕੇ ਜੁੜੇ ਆ ਜੀ, ਉਹ ਕਰਦੇ ਪਏ ਰਿਸਪੈਕਟ, ਹੈਲਪ ਕਰਦੇ ਪਏ ਕਈ ਲੋਕਾਂ ਦੇ। ਤੇ ਕੀ ਲੋਕਾਂ ਨੂੰ ਇਹਦਾ ਫਾਇਦਾ ਹੋ ਸਕਦਾ ਵਾ? ਫਾਇਦਾ ਤਾਂ ਜੀ ਦੇਖੋ ਜੀ, ਆਉਣ ਵਾਲੇ ਆਪਣੇ ਭੈਣ ਜਿੰਨੀਆਂ ਭੈਣਾਂ ਵਾ ਉਹਨਾਂ ਨੂੰ ਫਾਇਦਾ ਵਾ ਕਿ ਅੱਜ ਤੋਂ ਬਾਅਦ ਕੋਈ ਮੁੰਡਾ ਉਹਨਾਂ ਨੂੰ ਤੰਗ ਨਹੀਂ ਕਰੂਗਾ, ਜੇ ਕਿਸੇ ਨੂੰ ਕੋਈ ਤੰਗ ਕਰਦਾ ਵਾ ਤੇ ਦੱਸੋ ਸਾਨੂੰ। ਓਕੇ ਜੀ, ਤੇ ਉਹ ਤੁਹਾਡਾ ਇਹ ਮੀਨਸ ਕਹਿਣ ਦਾ ਮਤਲਬ ਇਹ ਆ ਕਿ ਤੁਹਾਡਾ ਜਨਤਾ ਨੂੰ ਇਹ ਮੈਸੇਜ ਆ ਵੀ ਤੁਹਾਡਾ ਜੋ ਇਹ ਗਰੁੱਪ ਆ ਇਹ ਹੈਲਪਲੈਸ ਲੋਕਾਂ ਦੇ ਲਈ ਆ, ਪੂਅਰ ਲੋਕਾਂ ਦੇ ਲਈ ਆ ਜੋ ਕਿ ਕੁਛ ਕਰ ਨਹੀਂ ਸਕਦੇ। ਤੇ ਮੈਂ ਬਹੁਤ ਖੁਸ਼ ਹੋਇਆ ਤੁਹਾਡੀ ਇਸ ਗੱਲ ਨੂੰ ਸੁਣ ਕੇ ਤੇ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ। ਮੈਂ ਆਪਣੇ ਜਿੰਨੇ ਵੀ ਮੇਰੇ ਵੀਰ ਭੈਣ ਦੇਖ ਰਹੇ ਨੇ, ਬਜ਼ੁਰਗ ਲੋਕ ਦੇਖ ਰਹੇ ਨੇ, ਮੈਂ ਉਹਨਾਂ ਨੂੰ ਇਹ ਚੀਜ਼ ਕਹਿਣਾ ਚਾਹੁੰਦਾ ਕਿ ਸਾਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਕਿਉਂਕਿ ਇਹ ਚੰਗਾ ਕੰਮ ਕਰ ਰਹੇ ਨੇ ਤੇ ਸਾਨੂੰ ਸਭ ਨੂੰ ਪਤਾ ਕਿ ਚੰਗੇ ਕੰਮ ਦੇ ਵਿੱਚ ਔਕੜਾਂ ਤਾਂ ਜ਼ਰੂਰ ਆਉਂਦੀਆਂ ਨੇ। ਸੋ ਇਸ ਕਰਕੇ ਅਸੀਂ ਆਪ ਜੀ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰੇ ਸਾਡੇ ਵੀਰ ਦੇ VGSU ਗਰੁੱਪ ਨੂੰ ਸਪੋਰਟ ਕਰੋ ਤੇ ਜਿੰਨਾ ਹੋ ਸਕਦਾ ਇਹਨਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੋ। ਧੰਨਵਾਦ ਜੀ।